इवनिंग फ्रेंड, की हाल है सारे? तो फिर सारे का नवा साल किदा का स्टार्ट होया सारे कमेंट करके दसो। तो मैं लगता सारे ने गेम जी भी खेडी होनी है, 31 तरीक वाली तो 1 तरीक वाली। कई ने गोल सैट किए होने, तो जवाकों ने गोल मारे होने गेमां च ऑनलाइन। अजकल ऑनलाइन गेमिंग का ट्रेंड बहुत चल रहा है। बाकी धुंद धुंद ठीक है, इतने धुंद है नहीं इन्नी साढ़े इधर, प्लस ठंड बड़ी ज़्यादा। बाकी मेरे को कई जने के फोन आए भी किमें न्यू ईयर किमें बन रहे कुछ नहीं। मैं तो सारा दिन भरा वो करे रहा, सिर तोलिया सी आपां, फिर आपां छाते चल गए सुकाया वधिया सिर, ठीक ठाक रहा अपना कुल मिला के। कोई खास नहीं सी, आम दिन वांगू दिन सी। न्यू ईयर तो अगला दिन थोड़ा जिहा मैनू बैटर लग्या, न्यू ईयर वाले दिन तो ठीक ठाक सी। सो गुड मॉर्निंग दोस्तों, की हाल ने सारे दे? होपसो सब वधिया होणगे। ठंड काफ़ी पै रही, अच्कल धुंदा बहुत ज़्यादा हो गई हैं, तो थोड़े सावधान रहने, थोड़े साधन चलाओ, एक्सीडेंट भी बहुत हो रहे हैं। अज असी कड़ी हैड गए, अज असी 237 हैड करनी आए थे, थोड़ा कम सीगा। हाँ देखो कैसे पानी की छल जा रही हैं, डर ही लगता है तो यार, मतलब घूम जाए तो। हाँ देखो जी कैसे पानी चल रहा है, डर ही लगता है इसको तो। ये नहर जी ये नहाने वाली है, इस पर बंदा इजली नहा भी सकता है, इतने कोई डर नहीं गा। ये तो बड़ा डर है, ये बड़ी वड्डी नहर हैगी है, इंदिरा गांधी नहर नहर हैगी है, पानी जाता अड्डे अड्डे पासे इतों। वैसे मैं पानी तो बहुत डर लगता है, आ उत्ते रखे हुए है जिंदा पानी बंद तो चालू करते हैं, फटे चक दें पानी चालू हो जाता, थले कर दें पानी बंद हो जाता है। हमारे कपड़े ला के नहर देख के लगता नहीं कि आप राजस्थान च नाल ही, मतलब पिंड ते नाल ही नहर ते नाल ही हरियाली। टीले टूले है नहीं इधर, अब बेचारा बच्चा भी ठंड का इंजॉय कर रहे हैं, लग रहा जैसे पंजाब च फिरदे हुए अज। पर सानू मिट्टी दी धुल्ला सानू एहसास करा दिंदी, जदों नेरी वाले दिन होए ना गर्मी वाले दिन, कदे उदन इधर आवांगे उदन तंद खावांगे भी किदां ਨੇਰ ਦੇ ਕੀ ਹਾਲ ਹੁੰਦੇ ਸਾਡੇ। ਪਾਣੀ ਕੱਲ ਹੀ ਤਾਂ ਆਇਆ ਪਾਣੀ। ਅੱਛਾ ਉਹ ਬੰਦੇ ਨੂੰ ਦੇਖੋ ਸਾਹਮਣੇ ਹੇਠ ਜਾਈ ਨਾ ਅੱਗੇ ਡੀਲੈਕਸ ਵਾਲਾ, ਉਹਨੂੰ ਅੱਗ ਲੱਗੀ ਹੋਈ ਸੀ, ਦੇਖੋ ਕਿੰਨੀ ਸਪੀਡ ਨਾਲ ਜਾਈ ਜਾਂਦਾ ਹੈ। ਮੈਨੂੰ ਡਰਾਦਾ ਉਹਨੇ ਯਾਰ, ਮੈਨੂੰ ਲੱਗ ਰਿਹਾ ਮੈਂ ਕਹਿੰਦਾ ਤੁਸੀਂ ਲੀਕਾਂ ਚੈੱਕ ਕਰ ਸਕਦੇ ਹੋ ਇੱਥੇ, ਉਹ ਲੀਕਾਂ ਇੱਕ 'ਚ ਬਹਿ ਰਹਿਣਾ ਇੱਕ 'ਚ ਹੋ ਜਾਈਆਂ, ਅੱਗੋਂ ਆ ਰਿਹਾ ਜੀ ਦੇਖੋ ਬੰਦਾ, ਫੁੱਲ ਬਟਾ ਫੁੱਲ ਸਪੀਡ 'ਚ। ਪੱਕੀ ਤੁਸੀਂ ਸਾਰੇ ਦੱਸੋ ਵਿਊ ਕਿੱਦਾਂ ਦਾ ਸੀਗਾ, ਅੱਜ ਬਹੁਤ ਦਿਨਾਂ ਬਾਅਦ ਵੀਡੀਓ ਪੈਣ ਲੱਗੀ ਹੈਗੀ। ਵੈਸੇ ਵੀ ਠੰਡ ਨੇ ਕੰਮ ਚੱਕ ਰੱਖਿਆ ਸੀ, ਕੀ ਕਰ ਸਕਦੇ ਹਾਂ ਅਸੀਂ, ਤਾਂ ਕਰਕੇ ਸਾਰਾ ਚੱਕਰ ਸੀਗਾ। 4 ਵਜੇ ਹੋਈ ਜੀ ਸਰ, 4 ਵਜੇ ਗਏ, ਟਾਈਮ ਦਾ ਵੀ ਨਹੀਂ ਪਤਾ ਲੱਗ ਰਿਹਾ ਹੁਣ, 1 ਘੰਟੇ ਬਾਅਦ ਦੇਖ ਇੱਕਦਮ ਠੰਡਾ ਹੋ ਜਾਣਾ ਕੰਮ, ਫਿਰ ਕੁਛ ਨਹੀਂ ਪਤਾ ਲੱਗਣਾ। ਵੈਸੇ ਇੱਧਰ ਸ਼ਾਂਤੀ ਜਮ੍ਹਾਂ ਕੋਈ ਮਤਲਬ ਨਹੀਂ, ਕਿਸੇ ਨੂੰ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ, ਸ਼ਾਂਤੀ ਪ੍ਰਕਿਰਤੀ ਦੀ ਸ਼ਾਂਤੀ ਨਾ। ਮੈਨੂੰ ਪਤਾ ਨਹੀਂ ਲੱਗਿਆ ਕਿ ਮੇਰੀ ਫੇਸ ਜਮ੍ਹਾਂ ਬਲੈਕ ਬਲੈਕ ਆ ਰਿਹਾ ਸੀ, ਹੁਣ ਪਤਾ ਨਹੀਂ ਹੁਣੇ ਵੀ ਕਿੱਦਾਂ ਦਾ ਵਿਊ ਆ ਰਿਹਾ ਹੁਣ, ਮੈਨੂੰ ਲੱਗਦਾ ਵਧੀਆ ਹੀ ਆ ਰਿਹਾ ਨਾ। ਬਾਕੀ ਵੀਡੀਓ ਬਣਾਉਣ ਤੋਂ ਬਾਅਦ ਹੀ ਦੇਖੂੰ ਹੁਣ। ਅਤੇ ਬਾਕੀ ਉਹ ਸਾਰਿਆਂ ਦੇ ਨਿਊ ਈਅਰ ਵਾਲੇ ਗੋਲ ਗਾਲ ਜੇ ਸੈੱਟ ਕਰ ਲਏਗੇ ਸਾਰਿਆਂ ਨੇ, ਮੈਨੂੰ ਪਤਾ ਗੋਲ ਕਿਹੜੇ ਸੈੱਟ ਕੀਤੇ ਨੇ, ਗੋਲ ਸਰਾਣੇ ਲਾਏ ਹੋਣੇ ਕਈ ਇਹਨੇ ਤਾਂ ਬਿਸਤਰੇ 'ਚ, ਵੀ ਠੰਡ ਜਿਹੜੀ ਸਾਈਡਾਂ 'ਚ ਹਵਾ 'ਚ ਹਵਾ ਕਰੋਸ ਹੁੰਦੀ ਨਾ ਰਜਾਈ ਦੀ ਸਾਈਡਾਂ 'ਚ, ਉੱਥੇ ਬਲੌਕ ਕੀਤਾ ਹੋਣਾ ਉਹਨਾਂ ਨੇ। ਠੰਡ ਵਾਲੇ ਕੰਮ ਪੂਰੇ ਫੱਟੇ ਚੱਕੇ ਹੋਏ ਆ, 6 ਡਿਗਰੀ ਸੀ ਟੈਂਪਰੇਚਰ ਅੱਜ, ਹੁਣੇ ਕਹਿ ਰਹੇ ਪਹਾੜਾਂ 'ਚ ਇੰਨੀ ਠੰਡ ਹੈ ਨਹੀਂ ਜਿੰਨੀ ਗੰਗਾਨਗਰ ਜ਼ਿਲ੍ਹੇ 'ਚ ਪੈ ਰਹੀ ਹੈਗੀ, ਤੁਹਾਡੇ ਵੀ ਇੰਨੀ ਠੰਡ ਪੈ ਰਹੀ ਹੈਗੀ। ਅਸੀਂ ਘਰੇ ਪੁੱਠੇ ਚੱਲੇ, ਮੇਰੇ ਉੱਤੇ ਨਾ ਚੜਾ ਦੀ ਭਰਾਵਾ, ਕੱਚਾ ਖਿਲਾੜੀ ਹੈਗਾ ਮੋਟਰਸਾਈਕਲ ਦੇ ਮਾਮਲੇ। ਦੇਖੋ ਮੈਂ ਸਾਰਿਆਂ ਨੂੰ ਦੱਸਦਾ ਕਿ ਦੋ ਰੀਜ਼ਨ ਹੈ ਇਹ ਵੀਡੀਓ ਬਣਾਉਣ ਦੇ, ਇੱਕ ਅਸੀਂ ਆਪਦਾ ਕੰਮ ਵੀ ਕਰ ਰਹੇ ਹਾਂ, ਸੂਰਜ ਆਈ ਮੀਨ ਵੈਰੀਫਿਕੇਸ਼ਨ ਵਾਲਾ ਔਨਲਾਈਨ ਕੰਮ ਫੜ ਰੱਖਿਆ ਨੇ ਉਹ ਕਰਦਾ ਹੈਗਾ, ਤਾਂ ਕਰਕੇ ਅਸੀਂ ਨਾਲ ਨਾਲ ਸੋਚਿਆ ਵੀਡੀਓ ਬਣਾ ਲਈਏ, ਵਲੌਗ ਵੀ ਬਣ ਜੂਗਾ।
ਤਾਂ ਕਰਕੇ ਫਿਰ ਅਸੀਂ ਖੇਤ ਵੀ ਦਿਖਾਤੇ ਨਾਲੇ ਤੁਹਾਨੂੰ ਸਾਡੇ 3 ਸਟੀਅਰ ਦੇ ਨੇੜੇ ਤੇੜੇ ਵਾਲੇ। ਬਾਕੀ ਨਹਿਰ ਵਾਲਾ ਵਿਊ ਮੈਨੂੰ ਵੀ ਘੈਂਟ ਲੱਗਿਆ, ਮੈਂ ਬਹੁਤ ਦਿਨਾਂ ਬਾਅਦ ਇੱਧਰ ਪੁਲ 'ਤੇ ਆਇਆ ਸੀਗਾ, ਇੰਨਾ ਪਾਣੀ ਦੇਖਿਆ ਮੈਂ, ਸਮਝ ਲਓ ਚਾਹੇ ਕੁਛ ਮੰਨ ਲਓ ਨਹਿਰ ਖਾਲੀ ਦਿਖਦੀ ਜਦੋਂ ਵੀ ਜਾਂਦੇ ਨਹੀਂ ਤਾਂ ਅਸੀਂ। ਸੋ ਅੱਜ ਵੀਰਵਾਰ ਸੀ ਤਾਂ ਕਰਕੇ ਅਸੀਂ ਮੱਥਾ ਟੇਕਣ ਵੀ ਇੱਧਰ ਆਈਏ, ਮੈਂ ਕਿ ਇੱਧਰ ਆਏ ਤਾਂ ਹੋਏ ਸੀਗੇ ਇਹ 25 ਵਾਲੇ ਪੁਲ 'ਤੇ ਬਾਬਾ ਜੀ ਦੀ ਦਰਗਾਹ ਹੈ ਪੀਰ ਜੀ ਦੀ। ਅਤੇ ਅੱਜ ਇਸ ਵਲੋਗ 'ਚ ਅਸੀਂ ਤੁਹਾਨੂੰ ਦਿਖਾਵਾਂਗੇ, ਇਹ ਮੇਰੇ ਮਾਸੀ ਦਾ ਮੁੰਡਾ ਹੈ, ਇਹ ਮੇਰਾ ਮਾਮਾ ਹੈ, ਇਹ ਦੋਨੇ ਲੱਗੇ ਅੱਜ ਪਤੰਗ ਉਡਾਉਣ ਵਾਸਤੇ। ਉਹ ਪਹੁੰਚ ਗਈ ਸਾਡੀ ਪਤੰਗ। ਹੋਰ ਕੀ ਹਾਲ ਚਾਲ ਹੈ ਦੀਪਕ? ਇਹ ਸਾਡੇ ਮਾਮੇ ਦਾ ਰੰਗ ਥੋੜ੍ਹਾ ਜਿਹਾ ਕੱਚਾ ਰਹਿ ਗਿਆ। ਹੋਰ ਲਿਆ ਰੀਲ, ਇੱਕ ਰੀਲ ਸਾਡੀ ਖਤਮ ਹੋ ਗਈ ਹੈ, ਪਤੰਗ ਸਾਡੀ ਉੱਚੀ ਹਵਾਵਾਂ 'ਚ ਉੱਡ ਗਈ ਹੈ। ਹੋਰ ਹੀ ਆਹ ਦੇਖੋ, ਪਹਿਲੀ ਵਾਰ ਉਡਾਈ ਇਹਨਾਂ ਨੇ ਪਤੰਗ, ਪਹਿਲੀ ਵਾਰ 'ਚ ਇਹਨਾਂ ਨੇ ਕਾਮਯਾਬੀ ਹਾਸਿਲ ਕਰ ਲਈ ਹੈ ਅਤੇ ਰੀਲਾਂ ਜੋੜ ਜੋੜ ਕੇ ਕੰਮ ਚਲਾ ਰਹੇ ਹੈ, ਵਿਚਾਲੇ ਜੋੜ ਆ ਗਿਆ। ਦੇਖ ਸਕਦੇ ਹੋ ਜੀ, ਬਹੁਤ ਹੀ ਤੁਹਾਨੂੰ ਦੇਖਣੀ ਦੀ ਹੋਗੀ, ਬਹੁਤ ਦੂਰ ਆ, ਜੂਮ ਕਰਕੇ ਦਿਖਾ ਰਹੇ ਹਾਂ ਤੁਹਾਨੂੰ, ਫਿਰ ਵੀ ਨਹੀਂ ਦੇਖ ਸਕਦੀ। ਸਾਡੇ ਬਲੌਗਰ ਸਾਹਿਬ ਜਿਨ੍ਹਾਂ ਦਾ ਯੂਟਿਊਬ ਚੈਨਲ ਅੱਜ ਉਡ ਆ ਰਹੇ ਆਪਾਂ ਦੇਖ ਸਕਦੇ ਹੋ ਤੁਸੀਂ। ਹਾਂਜੀ, ਬਾਕੀ ਆਸਮਾਨ ਖਾਲੀ ਆ ਕਿਉਂਕਿ ਜਦੋਂ ਅਸੀਂ ਉਡਾਣ ਲੱਗ ਜਾਂਦੇ ਹਾਂ ਉਦੋਂ ਕੋਈ ਨਹੀਂ ਹੁੰਦਾ ਕਿਉਂਕਿ ਸਾਡੇ ਤਾਂ ਡਰਦੇ ਆ ਸਾਰੇ। ਆ ਅਸੀਂ ਚਿੱਠੀ ਭੇਜਤੀ ਹੈ ਕਿ ਪਤੰਗ ਦੇ ਨਾਲ ਜਾਊਗੀ, ਦੇਖੋ ਤੁਸੀਂ ਦੇਖਦੇ ਹੋ ਚਿੱਠੀ ਕਿੱਥੇ ਤੱਕ ਪਹੁੰਚਦੀ ਹੈ। ਜੀ ਦੇਖੋ, ਲੜਕੀਆਂ ਆਗੇ ਵੜ ਰਹੀ ਹੈ ਔਰ ਪਤੰਗ ਉਡਾਣੇ ਮੈਂ ਆਪਣਾ ਯੋਗਦਾਨ ਦੇ ਰਹੇ ਹੈ। ਲੜਕੀ ਹੈ, ਲੜ ਸਕਤੀ ਹੈ। ਇੱਕ ਤਾਂ ਯਾਰ ਪਤੰਗ ਨਹੀਂ ਲੱਭਦੀ ਕਿੱਧਰ ਦੀ ਜਾਂਦੀ ਰਹਿੰਦੀ ਹੈ। ਖੁਸ਼ ਕੀਤਾ, ਨਵੀਂ ਰੀਲ ਗਿਫਟ ਮਿਲਦੀ ਹੋਈ ਆ ਮੈਂ। ਨਿਸ਼ਾ ਪੜ੍ਹ ਕੇ ਰੱਖੋ, ਲੈ ਲੈ ਪੜ੍ਹ ਇਹਨੂੰ ਇੱਕ ਵਾਰ ਬੰਦ ਕਰਕੇ ਦੱਸੋ, ਪੜ੍ਹ ਕੇ ਦੇਖੀ ਛੱਡ ਨਾ ਦੀ ਮੇਰੇ ਲੱਖਾ ਤੋੜਤਾ ਗਏ। ਹੁਣ ਅਸੀਂ ਤੀਜੀ ਰੀਲ ਵੀ ਮੁਕਾਤੀ ਹੈ ਅਤੇ ਸਾਡੀ ਪਤੰਗ ਸੰਤਾਪ ਨਹੀਂ ਵਿਖਰੀ ਕਿੱਥੇ ਜਾ ਰਹੀ ਹੈ। ਅਤੇ ਜਿਵੇਂ ਤੁਸੀਂ ਦੇਖ ਰਹੇ ਹੋ ਨੰਨੇ ਮੁੰਨੇ ਬੱਚੇ ਵੀ ਪਤੰਗ ਉਡਾਉਣ ਦੇ ਬਹੁਤ ਇੱਛੁਕ ਹੁੰਦੇ ਅਤੇ ਇਹ ਵੀ ਆ ਗਏ ਪਤੰਗ ਉਡਾਉਣ ਵਾਸਤੇ। ਸਾਡੀ ਪਤੰਗ ਤਾਂ ਮੈਨੂੰ ਆਪ ਨਹੀਂ ਵਿਖਰੀ ਕਿੱਥੇ ਜੇ ਹੈ। ਉਹ ਦੇਖੋ ਡਿੱਗੀ 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 ਦੇਖੋ, ਰੇਸ ਕੋ ਡਰ ਲੱਗਤਾ ਹੈ, ਡਰ ਕਿਵੇਂ ਲੱਗਿਆ ਤੈਨੂੰ? ਓ ਰੇ ਸਰਮਾ ਗਈ ਕਿਆ, ਯੇ ਲੜਕੀ ਹੈ ਸਭ ਸੇ ਸ਼ੈਤਾਨ।